ਖਬਰ ਲੈਂਦੇ ਹਾਂ ਅੰਮ੍ਰਿਤਸਰ ਦੀ ਤਹਿਸੀਲ ਬਾਬਾ ਬਕਾਲਾ ਦੇ ਅਧੀਨ ਪੈਂਦੇ ਪਿੰਡ ਮਹਿਤਾ ਤੋਂ ਜਿੱਥੇ ਦੋ ਧਾਰਮਿਕ ਜਥੇਬੰਦੀਆਂ ਦਮਦਮੀ ਟਕਸਾਲ ਅਤੇ ਗਾਵਾਂ ਵਾਲੇ ਬਾਬਾ ਪਾਲ ਸਿੰਘ ਵਿਚਾਲੇ ਖੂਨੀ ਝੜਪ ਹੋ ਗਈ। ਆਓ ਦਿਖਾਉਂਦੇ ਹਾਂ ਤੁਹਾਨੂੰ ਉਹ ਤਸਵੀਰਾਂ ਜਿਸ ਵਿੱਚ ਇਹ ਝੜਪ ਕਿਸੇ ਫਿਲਮੀ ਸੀਨ ਤੋਂ ਘੱਟ ਨਜ਼ਰ ਨਹੀਂ ਆ ਰਹੀ। ਮਿਲੀ ਜਾਣਕਾਰੀ ਅਨੁਸਾਰ ਇਸ ਝੜਪ ਵਿੱਚ ਗੋਲੀਆਂ ਚੱਲਣ ਨਾਲ 5 ਤੋਂ 6 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਤੁਹਾਨੂੰ ਦੱਸ ਦਈਏ ਕਿ ਬਾਬਾ ਪਾਲ ਸਿੰਘ ਦੇ ਸੇਵਾਦਾਰਾਂ ਵੱਲੋਂ ਗਾਵਾਂ ਨੂੰ ਚਰਾਉਣ ਨੂੰ ਲੈ ਕੇ ਅਚਾਨਕ ਦਮਦਮੀ ਟਕਸਾਲ ਦੇ ਜਥੇਬੰਦੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਕਈ ਵਾਰ ਫਾਇਰਿੰਗ ਵੀ ਕੀਤੀ ਗਈ। ਦੱਸਣਯੋਗ ਗੱਲ ਇਹ ਹੈ ਕਿ ਗਾਵਾਂ ਨੂੰ ਚਰਾਉਣ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਝਗੜੇ ਹੋ ਚੁੱਕੇ ਨੇ। ਇਸ ਦੇ ਨਾਲ ਹੀ ਦੂਜੀ ਧੀ ਨੇ ਕਿਹਾ ਕਿ ਗਾਵਾਂ ਉਹਨਾਂ ਦੀਆਂ ਫਸਲਾਂ ਖਰਾਬ ਕਰਦੀਆਂ ਨੇ। ਗਾਈਆਂ ਗੱਡੀਆਂ ਵਾ ਸੂਏ ਸੂਏ ਜਾਂਦੇ ਪਏ ਆ, ਸੂਏ ਜਾਣ ਡੇ ਆ ਤੇ ਪਿੱਛੋਂ ਨਜ਼ੂ ਨਜ਼ਰ ਆ ਰਹੇ ਡੇ ਫੌਜ ਤੇ ਆਏ ਉਧਰੋਂ ਇਹਨਾਂ ਜਾਣ ਕੇ ਸਾਡੀ ਫੌਜ ਦੇ ਵੱਲੋਂ ਡੰਡੇ ਮਾਰੇ ਆ। ਕਿੰਨਾ ਨੇ ਗੋਲੀ ਕੱਢਤੀ, ਚਲਾ ਤੀ ਗੋਲੀ ਸਿੱਧਾ ਫੈਲ ਕੱਢਦਾ ਆਣ ਗਏ, ਫੈਲ ਕੱਢਿਆ ਤੇ ਉਦੋਂ ਸਾਡੀ ਫੌਜ ਨੂੰ ਕਿਹਾ ਕਹੋ ਉਦੋਂ ਨਹੀਂ ਆਪਾਂ ਕਹੋ ਕਿਹਾ, ਫਿਰ ਇਹ ਆਪਾਂ ਡੇਰੇ ਇਹਨਾਂ ਦੇ ਗਏ ਤੇ ਇਹਨਾਂ ਡੇਰੇ ਗਏ ਤੇ ਇਹਨਾਂ ਨੇ ਗੋਲੀਆਂ ਮਾਰਤੀਆਂ ਸਿੱਧੀਆਂ ਕੋਠੇ ਚੜ ਕੇ ਗੋਲੀਆਂ ਮਾਰੀਆਂ, ਫਿਰ ਇੱਟੇ ਇੱਕ ਦੂਜੇ ਨੂੰ ਮਾਰਨ ਡਿਆ ਪਏ। ਕਿੰਨੇ ਬੰਦੇ ਜ਼ਖਮੀ? ਜ਼ਖਮੀ ਬਾਬਾ ਹੈਗੇ 6-7, ਸਾਰਿਆਂ ਨੇ ਗੋਲੀਆਂ ਮਾਰੀਆਂ ਨੇ। ਹਾਂਜੀ, ਨੁਕਸਾਨ ਨਹੀਂ, ਬਾਕੀ ਹਾਲੇ ਤਾਂ ਬਾਬਾ ਕੋਈ ਪਤਾ ਨਹੀਂ, ਹਾਲੇ ਲੱਗ ਜਾਂਦਾ ਪਤਾ ਫਿਰ ਦੱਸ ਦਿੰਦੇ। ਹਾਂਜੀ ਸਰ, ਗਨ ਸ਼ੂਟ ਗਨ ਸ਼ੂਟ ਕਿੰਨੇ ਫਾਇਰ ਹੋਏ ਸਰ? ਫਾਇਰ ਅਣਗਿਣਤ ਹੋਏ। ਕਿੰਨੇ ਜ਼ਖਮੀ ਹੋਏ ਜੀ? ਸਰ 4 ਕੁ ਮੁੰਡੇ ਹੋਏ ਜਾ। ਨਹੀਂ ਸਰ, ਇੱਕ ਪੇਸ਼ੈਂਟ ਦੀ ਛਾਤੀ 'ਚ ਲੱਗੀ ਸਰ। ਸਰ ਗਾਈਆਂ ਚਾਰ ਰਹੀ ਬਾਬਾ ਪਾਲਾ ਸਿੰਘ ਜੀ ਦੀਆਂ ਅਤੇ ਇਸੇ ਕਰਕੇ ਸਰ ਫਾਇਰ ਚੱਲੇ ਹੋਰ। ਹਾਂਜੀ ਸਰ, ਮੇਰੇ ਸਰ ਕਾਸ਼ 'ਚ ਗੋਲੀ ਲੱਗੀ ਹੈ। ਕੁਛ ਨਹੀਂ, ਦਮਦਮੀ ਟਕਸਾਲ ਵਾਲਿਆਂ ਨੇ ਗੋਲੀਆਂ ਚਲਾਈਆਂ ਸੀ। ਕਿੱਥੇ ਚਲਾਈਆਂ? ਮਤਲਬ ਕਿ ਉੱਥੇ ਮਹਿਤਾ ਚੌਂਕ, ਉੱਥੇ ਉਹਨਾਂ ਦੇ ਜਿੱਥੇ ਡੇਰਾ ਹੈ, ਉਹਨਾਂ ਨੇ ਆਪਣੇ ਘਰ ਦੇ ਵਿੱਚ ਮਤਲਬ ਕਿ ਉਹਨਾਂ ਦੇ ਜਿਹਨਾਂ ਜਿੱਥੇ ਉਹ ਰਹਿੰਦੇ ਆ ਉਹਨਾਂ ਨੇ ਉੱਥੋਂ ਉੱਪਰ ਫਾਇਰਿੰਗ ਕੀਤੀ ਹੈ। ਨੁਕਸਾਨ ਹੋਏ ਆ ਕਾਫੀ, ਮਤਲਬ ਕਾਫੀ 9-10 ਜਾਣੇ ਆ, ਵਿੱਚ ਬੱਚੇ ਮੁੰਡੇ ਬੰਦੇ ਸਭ, ਮਤਲਬ ਕਿ ਸਾਰੇ। ਲਗਭਗ ਪਤਾ ਨਹੀਂ ਯਾਰ ਕਿੰਨੇ ਹੱਦੋਂ ਵੱਧ ਫਾਇਰ ਹੋਏ ਆ, ਮਤਲਬ ਕਿ ਕਾਫੀ ਸੱਟਾਂ, ਕਈਆਂ ਦੇ ਗੋਲੀਆਂ ਲੱਗੀਆਂ, ਕਈਆਂ ਦੇ ਸ਼ਰੇ ਵੱਜੇ ਆ ਕਾਫੀ ਆ, ਕੋਈ ਕੁਝ ਸੀਰੀਅਸ ਵੀ ਆ ਸ਼ਾਇਦ, ਦੱਸਦੇ ਪਏ ਆ। ਗੋਲੀ ਚਲਾਉਣ ਦਾ ਇਹਨਾਂ ਨੂੰ ਇਹ ਕਿ ਇਹ ਮਤਲਬ ਖੇਤਾਂ 'ਚ ਵੜਦੇ ਲੱਗੀਆਂ, ਪਰ ਖੇਤ ਇਹਨਾਂ ਦੇ ਥੋੜ੍ਹੀ ਸੀ, ਜਦੋਂ ਜੱਟ ਹੀ ਕਹਿ ਰਹੇ ਸੀ ਸਾਡੇ ਖੇਤਾਂ 'ਚ ਮਤਲਬ। ਹਮਲੇ ਤੋਂ ਬਾਅਦ ਪਿੰਡ ਵਿੱਚ ਖਰਾਬ ਹੋਈ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਪਿੰਡ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਉਧਰ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਸਾਰਿਆਂ ਨੂੰ ਜਿਹੜਾ ਨਗਰ ਕੀਰਤਨ ਆਇਆ ਗੁਰੂ ਨਾਨਕ ਦੇਵ ਸਾਹਿਬ ਦਾ, ਉਹਦੀ ਉੱਥੇ ਡਿਊਟੀ 'ਤੇ ਅਸੀਂ ਉਹਦੀ ਸਾਰੀ ਸੰਗਤ ਨੂੰ ਅਸੀਂ ਵਧਾਈ ਦਿੰਦੇ ਹਾਂ ਵੀ ਨਗਰ ਕੀਰਤਨ ਆਇਆ ਸੀ। ਔਰ ਬੜੀ ਤਰਾਸ ਦੀ ਗੱਲ ਆ, ਬਹੁਤ ਤਰਾਸ ਦੀ ਗੱਲ ਆ, ਦੋ ਜਥੇਬੰਦੀਆਂ ਦੇ ਵਿੱਚ ਜਿਹੜੀ ਬਾਬਾ ਬਕਾਲਾ ਤੋਂ ਗਊਸ਼ਾਲਾ ਦੀ ਜਥੇਬੰਦੀ ਅਤੇ ਦਮਦਮੀ ਜਿਹੜੇ ਗੁਰਦੁਆਰਾ ਸਾਹਿਬ, ਦੋਨਾਂ ਜਥੇਬੰਦੀਆਂ ਦਾ ਗਾਵਾਂ ਨੂੰ ਲੰਘਾਉਣ ਦੇ ਚੱਕਰ ਤੋਂ ਦੋਵਾਂ ਧਿਰਾਂ ਦੇ ਵਿੱਚ ਆਪਸੀ ਤਕਰਾਰ ਹੋਇਆ ਸੀ, ਜਿਹਦੇ ਵਿੱਚ ਦੋਵਾਂ ਪਾਸਿਓਂ ਰੋੜੇ ਰਾੜੇ ਚੱਲੇ ਨੇ
ਪਤਾ ਲੱਗਾ ਵੀ ਗੋਲੀਆਂ ਵੀ ਚੱਲੀਆਂ ਨੇ ਦੋਵੇਂ ਪਾਸਿਓ, ਲੇਕਿਨ ਕਾਫੀ ਮਾਹੌਲ ਸੀ। ਹੁਣ ਪਹਿਲਾਂ ਮਾਹੌਲ ਨੂੰ ਲਾਅ ਐਂਡ ਆਰਡਰ ਨੂੰ ਪੀਸਫੁੱਲ ਕੀਤਾ, ਸ਼ਾਂਤ ਕੀਤਾ, ਤੁਹਾਡੇ ਸਾਹਮਣੇ ਹੀ ਆ ਸਾਰਾ। ਅਤੇ ਇਹਨਾਂ ਨੂੰ ਕਿਉਂਕਿ ਜਿਹੜੇ ਲੋਕ ਨੇ ਵਿੱਚ ਕਈ ਤਰ੍ਹਾਂ ਦੇ ਲੋਕ ਸ਼ਰਾਰਤੀ ਇਕੱਠੇ ਹੋਏ ਸੀ, ਜੋ ਸਾਰਿਆਂ ਨੂੰ ਕਰਕੇ ਸ਼ਾਂਤ ਬਣਾ ਲਿਆ ਮਾਹੌਲ, ਹੁਣ ਬਿਲਕੁਲ ਸ਼ਾਂਤ ਆ। ਅਤੇ ਜਿਹੜੀ ਵੀ ਜੋ ਕਿਸੇ ਦੇ ਖਿਲਾਫ਼ ਜੋ ਕਾਨੂੰਨੀ ਕਾਰਵਾਈ ਪੀਤੀ ਉਹ ਕੀਤੀ ਜਾਵੇ। ਜ਼ਖਮੀ ਕਿੰਨੇ ਨੇ ਕੋਈ ਪਤਾ ਲੱਗਾ ਜੀ ਇਸ ਜਿਹੜੀ ਵਾਇਰਿੰਗ? ਜ਼ਖਮੀ ਦੇ ਵਿੱਚ ਕਲੀਅਰ ਨਹੀਂ, ਕੋਈ ਚਾਰ ਪੰਜ ਛੇ ਬੰਦੇ ਉੱਧਰੋਂ, ਪੰਜ ਛੇ ਬੰਦੇ ਉੱਧਰੋਂ ਕਹਿ ਰਹੇ ਨੇ, ਬਾਕੀ ਇਹਦੇ ਬਾਰੇ ਅਜੇ ਕਲੀਅਰ ਨਹੀਂ। ਬਾਕੀ ਜੋ ਰਿਪੋਰਟ ਆਏਗੀ ਉਹਦੇ ਬਾਰੇ ਤੁਹਾਨੂੰ ਕਲੀਅਰ ਸਟੇਟਮੈਂਟ ਤੁਹਾਨੂੰ ਦਰਜ ਕਰ ਲਈਆਂ ਦੋਵਾਂ ਪਾਸਿਆਂ ਨਹੀਂ ਜੀ, ਅਜੇ ਸਟੇਟਮੈਂਟ ਨਹੀਂ ਦਿੱਤੀ ਅਜੇ ਕਿਸੇ ਨੇ, ਅਜੇ ਤਾਂ ਸਿਰਫ ਗਾਵਾਂ ਹੀ ਜਿਹੜੀਆਂ ਉਹਨੂੰ ਪਹੁੰਚਾਇਆ ਗਿਆ। ਏਵਨ ਪੰਜਾਬੀ ਟੀ ਵੀ ਚੈਨਲ ਲਈ ਅੰਮ੍ਰਿਤਸਰ ਤੋਂ ਧਰਮਵੀਰ ਗਿੱਲ ਦੀ ਰਿਪੋਰਟ।